ਲੋਭੀ ਗੱਲ ਏ ਇਦਾਂ ਵੀ ਜ਼ਿੰਦਗੀ ਦੇ ਵਿੱਚ ਖੁਸ਼ੀ ਦੇ ਗਮ ਆਉਂਦੇ ਰਹਿੰਦੇ ਇਹ ਜ਼ਿੰਦਗੀ ਦਾ ਹਿਸਾਬ ਹੀ ਨੇ ਤੇ ਜਦੋਂ ਇਹ ਆ ਜਾਣ ਤੇ ਫਿਰ ਦੋ ਬੰਦਿਆਂ ਦੀ ਲਾਜ਼ਮੀ ਜ਼ਰੂਰਤ ਪੈਂਦੀ ਹੈ ਇੱਕ ਮੌਲਵੀ ਤੇ ਇੱਕ ਦੇਗਾ ਪਕਾਉਣ ਵਾਲਾ ਗੱਲ ਇਦਾਂ ਬਣੀ ਵੀ ਆਸੂ ਬਾਈ ਨੇ ਇੱਕ ਦੋ ਦਿਨ ਪਹਿਲੇ ਮੈਨੂੰ ਕੀਤਾ ਇਹਦੀ ਪਬੰਦ ਮੈਨੂੰ ਕਹਿੰਦਾ ਨਬੀਲ ਬਾਈ ਤਿਆਰ ਰਹੋ ਆਪਾਂ ਸ਼ਹਿਰ ਜਾ ਕੇ ਕੋਈ ਛੇ-ਸੱਤ ਦੇਗਾ ਇਕੱਠੇ ਪਲਾਦੀਆਂ ਪਕਾਉਣੀਆਂ ਮੈਂ ਕਿਹਾ ਟੈਨਸ਼ਨ ਨਾ ਲਓ ਤੁਸੀਂ ਆਰਡਰ ਫੜੋ ਆਸੂ ਬਾਈ ਨੇ ਆਰਡਰ ਤੇ ਫੜ ਲਿਆ ਪਰ ਉਮੀਦ ਹੈ ਵੀ ਗਾਂ ਇਹਦੇ ਤੋਂ ਆਰਡਰ ਫੜਨੇ ਕੇ ਨਾਲ ਕੰਮ ਲਾਜ਼ਮੀ ਕਰਉਣਗੇ ਇਹ ਸਟਾਮ ਵਾਲੀ ਗੱਲ ਮੈਂ ਇਸ ਵੀਡੀਓ ਚ ਨਹੀਂ ਵਾਸੇ ਜਨਾਬ ਸ਼ੁਰੂ ਕਰਦੇ ਆ ਅੱਜ ਦਾ ਵੀਲੋਗ ਤੇ ਇਸ ਵਲੌਗ ਦੇ ਵਿੱਚ ਜਨਾਬ ਸਭ ਤੋਂ ਪਹਿਲੇ ਵੋਅਲ ਕਰ ਰਹੇ ਆਪਾਂ ਕੱਟਾ ਤੇ ਦੂਸਰੀ ਸਾਈਡ ਤੇ ਆਸਰ ਬਾਈ ਕਰ ਰਹੇ ਨੇ ਮਸਾਲਾ ਤਿਆਰ ਅੱਜ ਦੇ ਵਲੌਗ ਦੇ ਵਿੱਚ ਸਭ ਤੋਂ ਪਹਿਲੇ ਤੇ 6 ਦੇਗਾ ਤਿਆਰ ਕਰਨੀਆਂ ਨੇ ਕੱਟਾ ਪਲਾ ਦੀਆਂ ਤੇ ਐਂ ਦੇ ਕਰਨੀ ਇੱਕ ਕੋਰਮੇ ਦੀ ਯਾਰ ਇੱਕ ਗੱਲ ਤੇ ਮੈਂ ਤੁਹਾਨੂੰ ਦੱਸੀ ਨਹੀਂ ਵੀ ਇਹ ਜੋ ਕੁਝ ਵੀ ਪਕਾ ਰਹੇ ਆ ਇਹ ਸਭ ਲੰਗਰ ਦਾ ਖਰਾਇਤ ਆ ਅੱਲਾ ਦੇ ਰਾਤ ਕਰ ਰਹੇ ਨੇ ਤੇ ਮਾਸ਼ਾ ਅੱਲਾ ਕਰ ਰਹੇ ਨੇ ਕੱਟਾ ਪਲਾ ਤੇ ਲੱਗੇ ਹਾ ਤੇ ਨਾਲ ਹੀ ਗੱਲ ਕਰੀ ਆਪਣੇ ਕੰਮ ਦੀ ਦੇਖ ਦੇ ਵਿੱਚ ਜਿਹੜਾ 36 37 ਕਿਲੋ ਗੋਸ਼ਤ ਪਾਇਆ ਕੱਟੇ ਦਾ ਮੈਂ ਕਿ ਉਹਨੂੰ ਵੇਖੇ ਤੇ ਸਹੀ ਵੀ ਘੰਟਾ ਹੋ ਗਿਆ ਉਬਲਣ ਦਾ ਚੈੱਕ ਕਰੀਏ ਮਾਸ਼ਾ ਅ ਲੇ ਦੇਗਾ ਜੇ ਵੰਡੀਆਂ ਕੰਮ ਨੇੜੇ ਨੇੜੇ ਲਾਈਏ ਯਾਰ ਇਧਰ ਮੈਂ ਨਿਗਾਹ ਮਾਰਾਂ ਤੇ ਆਪਣੇ ਖਲੋਤੇ ਫੈਨ ਮੈਨੂੰ ਕਹਿੰਦੇ ਜੀ ਸਲਾਮ ਅਲੈਕੁਮ ਮੈਂ ਕਹਾਂ ਜੀ ਵਅਲੈਕੁਮ ਸਲਾਮ ਫਿਰ ਗੋਸ਼ਤ ਨੂੰ ਬੋਇਲ ਕਰਨ ਤੋਂ ਬਾਅਦ ਦੇਗਾ ਲਾਈਆਂ ਲੈਂਚ ਮਸਾਲਾ ਸਾਰਿਆਂ ਜੀ ਵੰਡਿਆ ਮੁੜ ਕੇ ਰਹਿ ਗਿਆ ਕਟਾ ਉਹਨੂੰ ਵੀ ਪਾ ਕੇ ਦੇਗਾਂ ਦੇ ਵਿੱਚ ਮਸਾਲੇ ਸਾਰੇ ਪਾਤੇ ਤੇ ਹੁਣ ਗੱਲ ਇਹ ਬਣੀ ਵੀ ਚੁੱਲਿਆਂ ਨੂੰ ਕਰੋ ਲੈਂਚ ਤੇ ਉੱਤੇ ਚੜਾਓ ਦੇਗਾਂ ਨੂੰ ਤੇ ਲਾਓ ਇਹਨਾਂ ਨੂੰ ਭੁੰਨੀ ਨਾਲੇ ਸਿਆਣੇ ਕਹਿੰਦੇ ਹੁੰਦੇ ਵੀ ਇੱਕ ਤੇ ਇੱਕ ਹੁੰਦੇ 11 ਅੱਜ ਗੱਲ ਓਵੇਂ ਬਣੀ ਵੀ ਮੈਂ ਅੱਗੇ ਹੁੰਦਾ ਸੀ ਕੱਲਾ ਅੱਜ ਮੇਰੇ ਨਾਲ ਆਸਫ ভাই ਵੀ ਆਏ ਨੇ ਤੇ ਆਸਫ ਵੀ ਅੱਜ ਚਾਸ ਆ ਗਿਆ ਕੱਟੇ ਨੂੰ ਪੌਣੀ ਲੋਂਦਿਆਂ ਲੋਂਦਿਆਂ ਮੈਂ ਸਾਹਵ ਲੈ ਬਈ ਜਿਹੜੀ ਤੇ ਅਹਿਮ ਔਰ ਖਾਸ ਚੀਜ਼ ਤਾਂ ਉਹ ਦਿਖਾਈਏ ਜਿਹੜੀ ਇਹਦੇ ਵਿੱਚ ਪੈਣੀ ਤੇ ਕੰਮ ਹੋਣਾ ਡਬਲ ਉਹ ਇਹ ਹੈ ਜਿਹੜਾ ਗੋਸ਼ ਤੋਂ ਉਬਾਲਣ ਤੋਂ ਬਾਅਦ ਬਚੀ ਹੈ ਯਖਣੀ ਉਹ ਯਖਣੀ ਪੌਣੀ ਦੇਗਾ ਦੇ ਵਿੱਚ ਨਾਲ ਪੋਣਾ ਇਮਲੀ ਦਾ ਪਾਣੀ ਟੇਸਟ ਔਰ ਜ਼ਾਇਕਾ ਯਕੀਨ ਕਰੋ ਵੀ ਆਟੋਮੈਟਿਕ ਹੀ ਬਣੇਗਾ ਯਾਰ ਕੀ ਬਾਤ ਹੈ ਗਰ ਮਿੱਤਰੋ ਕੈਂਟੇ ਕੇ ਬਾਦ ਸੈਟਿੰਗ ਮੈਟਿਕ ਹੋਈ ਸਿੱਧੀ ਚਾਵਲਾਂ ਨੂੰ ਕੁਛ ਦੋ ਦੇਗਾਂ ਲਾਤੀਆਂ ਦਮ ਉੱਤੇ ਤੇ ਬਾਕੀ ਉੱਤੇ ਰੱਖੀਆਂ ਪੋਣੀ ਵਾਸਤੇ ਆਹ ਹਾਂ ਜ਼ਰਾ ਤੁਹਾਨੂੰ ਲਾਗੇ ਜਾ ਕੇ ਚੈੱਕ ਕਰਾ ਦਈਏ ਵੀ ਇਹ ਜਿਹੜੀਆਂ ਦੋ ਦੇਗਾਂ ਜਨਾਬ ਇਹਨਾਂ ਨੂੰ ਲਾਇਆ ਪਿਆ ਦਮ ਤੇ ਬਾਕੀ ਜਿਹੜੀਆਂ ਮਠੀਆਂ ਮਠੀਆਂ ਨਾਲੋਂ ਨਾਲ ਕਰ ਰਹੇ ਆ ਤਿਆਰ ਭਾਈ ਇਹ ਹਮ ਇਹ ਹਮਾਰਾ ਕੰਮ ਹੈ ਇਹ ਸਾਡੇ ਹਮਾਰੇ ਚਾਵਲ ਖਰ ਮਿੱਤਰੋ ਬੀਫ ਪਲਾਉ ਮੁਕੰਮਲ ਤਿਆਰ ਕਰਨ ਤੋਂ ਬਾਅਦ ਅਸੀਂ ਇਹ ਹਿਸਾਬ ਲਾਇਆ ਤੇ ਇਸ ਨਤੀਜੇ 'ਚ ਪਹੁੰਚੇ ਵੀ ਯਾਰ ਅਸੀਂ ਵੀ ਕੋਈ ਛੁੱਟੀ ਲਾ ਲਈਏ ਯਾਰ ਖਾਣ ਪੀਣ 'ਚ ਸਾਰੀ ਦੁਨੀਆ ਨੇ ਖਾ ਕੇ ਚਲੇ ਜਾਣਾ ਇਹ ਨਾ ਹੋਵੇ ਕਿ ਤੇ ਆਪਾਂ ਹੀ ਪਿੱਛੇ ਰਹਿ ਜਾਈਏ ਲੋ ਫਿਰ ਆ ਜਾਓ ਵੀ ਨੇੜੇ ਨੇੜੇ ਹੋ ਜਾਓ ਬੀਫ ਪਲਾਉ ਪ੍ਰਾਤ ਵਿੱਚ ਕਢ ਲਿਆ ਉੱਤੇ ਪੋਣੀ ਆ ਦੇਈਂ ਤੇ ਬੱਸ ਫਿਰ ਹੋ ਜਾਣਾ ਸ਼ੁਰੂ ਮੈਂ ਕਹਿਣਾ ਵੀ ਕੀ ਬਾਤ ਚਸ ਆ ਜਾਣੀ ਆਈ ਗੈਰ ਖਾਣਾ ਖਾਣਾ ਖਾਉਣ ਤੋਂ ਤੇ ਖਾਣ ਤੋਂ ਬਾਅਦ ਗੱਲ ਇਹ ਬਣੀ ਵੀ ਜਿਹੜਾ ਆਪਣਾ ਡੱਬਾ ਅਸੀਂ ਉਹ ਵੀ ਕੀਤਾ ਫੁੱਲ ਜਿਹੜਾ ਕਿ ਇਸ ਡੱਬੇ ਤੋਂ ਤਕਰੀਬਨ ਹਰ ਬੰਦੇ ਨੂੰ 220 ਵੋਲਟ ਦਾ ਲੱਗਦਾ ਝਟਕਾ ਕਮ ਸ਼ਮਤੋ ਵੇਲੇ ਹੋਏ ਜਾਣ ਲੱਗਿਆ ਮਿਲੇ ਆਪਣੇ ਮੱਖਣ ਵਰਗੇ ਯਾਰ ਜਵੇਦ ਭਾਈ ਮੈਨੂੰ ਕਹਿੰਦਾ ਨਬੀਰ ਭਾਈ ਅੱਜ ਤੂੰ ਤੁਸੀਂ ਚਸ ਕਰਾ ਦਿੱਤੀ ਮੈਂ ਕਿਹਾ ਚਸੇ ਭਾਈ ਤੁਸੀਂ ਅੱਜ ਬੜੀ ਕਰਾਈ ਆ ਇੱਧਰ ਸਾਰੇ ਖਲੋਤੇ ਆਪਣੇ ਯਾਰ ਬੇਲੀ ਮੈਂ ਕਿਹਾ ਜੀ ਠੀਕ ਆ ਸਲਾਮ ਹੋ ਗਿਆ ਜਾ ਰਹੇ ਹਾਂ ਘਰ ਨੂੰ ਕਹਿੰਦਾ ਜੀ ਓਕੇ ਕਰੋ ਆਸ ਭਾਈ ਵੀ ਖਲੋਤੇ ਮੋਟਰਸਾਈਕਲ ਮੈਂ ਕਿਹਾ ਚੱਲੀਏ ਜੀ ਕਹਿੰਦਾ ਜੀ ਚਲੋ ਕੈਸਾ ਰਿਹਾ ਤੁਹਾਡਾ ਦਿਨ ਬਿਹਤਰੀਨ ਛੋਟ ਦਲੀਲ ਤੇ ਨਹੀਂ ਹੋਏ ਨਾ ਬਹੁਤ ਜ਼ਿਆਦਾ ਦਲੀਲ ਹੋਏ ਠੀਕ ਆ ਯਾਰ ਓਏ ਸ਼ੀਸ਼ੇ ਕਿਹਦੇ ਕੋਲ ਹੈ